ਸਲਾਮ ਵਾਲੇਕਮ ਜੀ ਸਾਰੇ ਮੁਸਲਮਾਨ ਭਰਾਵੋ ਤੇ ਸਰਸਿਆ ਕਾਲ ਸਾਰੇ ਪੰਜਾਬੀਓ ਐਸੀ ਅੱਜ ਚੱਕ ਨੰਬਰ 688 ਤਹਿਸੀਲ ਆਰਫ ਵਾਲਾ ਦੇ ਵਿੱਚ ਮੌਜੂਦ ਆ ਉਹਨਾਂ ਦੇ ਇੱਕ گاؤں ਦੇ ਵਿੱਚ ਕੰਬੋ 터ਨਲ ਫਾਰਮਿੰਗ ਦੇ ਵਿੱਚ ਮੌਜੂਦ ਆ ਇਹ ਆਫ ਸੀਜ਼ਨ ਖੀਰੇ ਦਾ ਸੈਟਨੇਟ ਜਾਲੀ ਤੇ ਹੋਇਆ ਪਿਆ ਹੈ ਆਫ ਸੀਜ਼ਨ ਖੀਰੇ ਦਾ ਟਰਨਰ ਫਾਰਮਿੰਗ ਹੋਇਆ ਪਿਆ ਇਹ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਦੇ ਅੱਗੇ ਇੱਕ ਪਾ ਦੇ ਵਿੱਚ ਇੱਕ ਪਾਸੇ ਵਿੱਚ ਅੱਗੇ ਆਪਾਂ ਮਾਲੂਮਾਤ ਲਈ ਜਿਨ੍ਹਾਂ ਤੋਂ ਇੱਕ ਇੰਟਰਵਿਊ ਲਿਆ ਹੈ ਦਲਾਵਰ ਹੁਸੈਨ ਕੰਬੋਏ ਉਹਨਾਂ ਨੇ ਇਹ ਸੈਟਨਟ ਜਾਲੀ ਦਾ ਆਫ ਸੀਜ਼ਨ ਖੀਰੇ ਦਾ ਟਰਨਰ ਫਾਰਮਿੰਗ ਕੀਤਾ ਹੋਇਆ ਤੇ ਉਹਨਾਂ ਕੋ ਜਾ ਕੇ ਅਸੀਂ ਸਾਰਾ ਪੁੱਛਾਂਗੇ ਕਿਉਂਕਿ ਜਿੰਨੇ ਸਾਡੇ ਵੇਖਣ ਵਾਲੇ ਆ ਪੰਜਾਬੀ ਕਿਸਾਨ ਆ ਮੁਲਕ ਚ ਪਾਕਿਸਤਾਨ ਚ ਇੰਡੀਆ ਚ ਜਾਂ ਯੂਰਪ ਦੇ ਕੈਨੇਡਾ ਸਪੈਸ਼ਲੀ ਮੁਲਕਾਂ ਦੇ ਵਿੱਚ ਬਹੁਤ ਸਾਨੂੰ ਮੈਸੇਜ ਵਸੂਲ ਹੁੰਦੇ ਨੇ ਕਿ ਸਾਨੂੰ ਜਿਹੜੇ ਆ ਸਰਟਨੇਟ ਜਾਲੀ ਦੇ ਆਫ ਸੀਜ਼ਨ ਆ ਵੈਜੀਟੇਬਲ ਦੇ ਡਿਫਰੈਂਟ ਕ੍ਰੌਪਸ ਜਿਹੜੀਆਂ ਵੀ ਹੈਗੀਆਂ ਉਹਦੇ ਬਾਰੇ ਮਾਲੂਮਾਤ ਜਿਹੜੀ ਤੁਸੀਂ ਦਿੰਦੇ ਹੋ ਉਹਦੇ ਵਾਸਤੇ ਸਪੈਸ਼ਲੀ ਜਿੰਨੇ ਸਾਡੇ ਪੰਜਾਬੀ ਕੈਰ ਮੁਲਕਾਂ ਦੇ ਬਾਦ ਆ ਉਹ ਬਹੁਤ ਹੀ ਸਾਨੂੰ ਧੰਨਵਾਦ ਕਰਦੇ ਆ ਐ ਅਸੀਂ ਅੱਜ ਦਲਾਵਰ ਕੰਬੋ ਉਹਨਾਂ ਦੇ ਆਫ ਸੀਜ਼ਨ ਖੀਰੇ ਦੇ ਫਾਰਮ ਦੇ ਵਿੱਚ ਮੌਜੂਦ ਆ ਅਸਲਾਮੁਅਲੈਕਮ ਜੀ ਦਲਾਵਰ ਸਾਹਿਬ ਕੀ ਹਾਲ ਚਾਲ ਆ ਸ਼ੁਕਰ ਅੱਲਾ ਦਾ ਕੀ ਹੋ ਰਿਹਾ ਆਇਕਾਲ ਸਪੇਸ ਸਪਰੂ ਕਰਕੇ ਹਟੇ ਫਿਰ ਇਹਨੂੰ ਫਿਰ ਇਹਨੂੰ ਕਰੇ ਖਾਹ ਨੂੰ ਇਹ ਜਿਹੜਾ ਤੁਸੀਂ ਮੌਸਮ ਤੋਂ ਹਟ ਕੇ ਆਫ ਸੀਜ਼ਨ ਜਿਹੜਾ ਖੀਰੇ ਦਾ ਟਰਿੰਗ ਫਾਰਮਿੰਗ ਕੀਤਾ ਹੈ ਸਪੈਸ਼ਲੀ ਅਸੀਂ ਸਾਡੇ ਜਿੰਨੇ ਵੀ ਵਿਊਜ਼ ਨੇ ਦੇਖਣ ਵਾਲੇ ਉਹਨਾਂ ਦੀ ਭਰਪੂਰ ਫਰਮਾਇਸ਼ ਤੇ ਅਸੀਂ ਅੱਜ ਤੁਹਾਡੇ ਕੋ ਆਏ ਆ ਵੀ ਜਿਹੜਾ ਆਫ ਸੀਜ਼ਨ ਖੀਰੇ ਦਾ ਇਹ ਟਰਿੰਗ ਫਾਰਮਿੰਗ ਆ ਸਟਰਨ ਨਾ ਜਾਲੀ ਲਾਈ ਆ ਕਿਹੜਾ ਬੀਲ ਤੁਸੀਂ ਲਾਇਆ ਤੇ ਕਿੰਨਾ ਇੱਥੇ ਖਰਚਾ ਆਂਦਾ ਹੈ ਉਹਦੇ ਬਾਰੇ ਤੁਸੀਂ ਮੁਕੰਮਲ ਜਿੰਨੇ ਵੀ ਮਾਲੂਮਾਟਾੜੇ ਕੋ ਹੈਗੀ ਆ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਉਹ ਸਾਨੂੰ ਮੁਹੱਈਆ ਕੀਤੀ ਜਾਵੇ ਇਹ ਭਾਈ ਜਾਨ ਅਸੀਂ ਕਾਸ਼ਤ ਕੀਤਾ ਵਾ ਚ ਚਥੇ ਮਹੀਨੇ April ਦੇ ਵਿੱਚ 20 ਤਰੀਕ ਨੂੰ ਅੱਜ 6 ਹੋ ਗਏ ਜੂਨ ਦੇ ਦੋ ਸੀ ਨੂੰ ਕਾਸ਼ਤ ਕਰ ਲਿਆ ਵਾ 45 ਦਿਨ ਦੇ ਵਿੱਚ ਵਿੱਚ ਇੱਕ ਚਨਾਈ ਇਹ ਦੀ ਹੋ ਚੁੱਕੀ ਐ 28 ਕਟੂ ਹੋਏ ਸੀ ਮਾਸ਼ਾਅੱਲਾ ਇਹ ਦੂਸਰੀ ਤੁਹਾਡੇ ਸਾਹਮਣੇ ਆ ਇਨਸ਼ਾਅੱਲਾ ਸੋਭਾ ਜਾਂ ਪਰਸੋ ਅਸੀਂ ਚਨਾਈ ਕਰਾਂਗੇ ਹਾਂ ਭਰਪੂਰ ਤਿਆਰੀ ਐ ਬਰਪੂਰ ਤਿਆਰ ਹੋਇਆ ਪਿਆ ਫੇਰਾ ਥੱਲੇ ਤੇ ਇਹ ਜਿਹੜਾ ਤੁਸੀਂ ਪਲਾਸਟਿਕ ਆ ਜਿਹੜੇ ਮੌਸਮ ਦੇ ਵਿੱਚ ਟਰਨਿੰਗ ਕਰਦੇ ਉਹਦੇ ਵਿੱਚ ਤੇ ਤੁਸੀਂ ਇਹ ਪਲਾਸਟਿਕ ਥੱਲੇ ਵੀ ਹੁੰਦਾ ਟਾਡੇ ਤੇ ਇਹਦੇ ਤੇ ਕਿਉਂ ਨਹੀਂ ਪਾਇਆ ਇਹਦੇ ਤੇ ਅਸੀਂ ਇਸ ਤੋਂ ਨਹੀਂ ਪਾਇਆ ਥੱਲੇ ਹੁਣ ਗਰਮੀ ਬਹੁਤ ਕਾਫੀ ਜ਼ਿਆਦਾ ਹੈ ਜਿਸ ਵਜ੍ਹਾ ਤੋਂ ਬਾੜ ਨੇ ਗਰੋਥ ਬਹੁਤ ਕਰਨੇ ਇਸ ਵਜ੍ਹਾ ਤੋਂ ਅਸੀਂ ਇਹ ਨਹੀਂ ਪਾਉਂਦੇ ਗੰਦ ਹੁੰਦਾ ਉਹ ਅਸੀਂ ਗੋਡੀ ਕਰਾ ਕੇ ਸਫਾਈ ਕਰ ਦਿੰਨੇ ਆ ਇਹ ਜਿਹੜਾ ਡੀਲਾ ਹੋਇਆ ਇੰਨਾ ਵਿੱਚ ਕਾ ਹੋਇਆ ਆ ਜੜੀ ਬੂਟੀਆਂ ਹੋਈਆਂ ਇਹਦੇ ਵਾਸਤੇ ਫੇ ਗੋਟੀ ਕਰਨੀ ਕਿਆ ਕਰ ਰਹੇ ਹੋ ਗੋਟੀ ਕਰਨੀ ਪਣੀ ਹੁੰਦਾ ਨਹੀਂ ਸੀਗਾ ਬਸ بارش ਦਾ ਹੋਈਆਂ ਤਿੰਨ ਚਾਰ ਲਗਾਤਾਰ ਉਦੀ ਵਜ੍ਹਾ ਤੋਂ ਕਾ ਹੋ ਗਿਆ ਤੇ ਜਿਹੜਾ ਮੌਸਮ ਦੇ ਵਿੱਚ ਖੀਰੇ ਦਾ ਬੀਜ ਤੁਸੀਂ ਕਾਸ਼ ਕਰਦੇ ਹੋ ਉਹੀ ਇਹ ਹੁਣ ਵੀ ਕਾਸ਼ਟ ਕੀਤਾ ਹੈ ਨਹੀਂ ਯਾਰ ਡਿਫਰੈਂਟ ਬੀ ਆਇਆ ਹੈਗਾ 72 134 ਜਿਹੜਾ ਸੀਜ਼ਨ ਚ ਅਸੀਂ ਕਾਸ਼ਟ ਕਰਦੇ ਆ ਉਹ ਯੱਲਾ ਹੈਗਾ 101 ਹੈਗਾ ਕਾਫੀ ਵੈਰਾਈਟੀਆਂ ਹੈਗੀਆਂ ਉਸ ਸੀਜ਼ਨ ਵਾਲੀਆਂ ਤੇ ਇਹਦੀ ਪੈਦਾਵਾਰ ਕਿਵੇਂ ਜਿੱਦਾਂ ਮੌਸਮ ਦੇ ਵਿੱਚ ਹੀ ਆਂਦੀ ਆ ਤੇ ਉਨੇ ਹੀ ਵਕਫੇ ਦੇ ਨਾਲ ਇਹਦੀ ਚਨਾਈ ਹੁੰਦੀ ਆ ਇਹਨੂੰ ਹਾਰਵੈਸਟ ਕਰਦੇ ਆ ਇਹਦੀ ਪੈਦਾਵਾਰ ਮਾਸ਼ਾਅੱਲਾ ਜ਼ਿਆਦਾ ਚਾਰ ਦਿਨ ਬਾਅਦ ਇਹ ਚਨਾਈ ਹੋ ਜਾਂਦੀ ਆ ਇਹ ਤਕਰੀਬਨ ਤਕਰੀਬਨ ਡੇਢ ਤੋਂ 2 ਮਹੀਨੇ ਕਾਸ਼ਤ ਦੇਣੀ ਬਸ ਚੱਲਣਾ ਹੈਗਾ ਵਾ ਫਿਰ ਅਸੀਂ ਇਹਨੂੰ ਖਤਮ ਕਰਕੇ ਇੱਥੇ ਕਰੇਰਾ ਲਗਾ ਦੇਣਾ ਐਸੇ ਤਰ੍ਹਾਂ ਇਦਾਂ ਇਹਹੀ ਪੈਪਾਂ ਤੇ ਤੇਹੀ ਜਾਉਂਦੇ ਸੇਮ ਤੋਂ ਸੇਮ ਇਹ ਵਾਲ ਪੱਟੀ ਜਾਏਗੀ ਛਾੜ ਕੇ ਨਾਲ ਦੇ ਕਰੇਰੇ ਦਾ ਬੀਜ ਲਾ ਦਿਆਂਗੇ ਤੇ ਇਹ ਜਿਹੜਾ ਖਰਚਾ ਇਹਦਾ ਵਾ ਜਿੱਦਾਂ ਮੌਸਮ ਦਾ ਖੀਰੇ ਦਾ ਹਾਈ ਟਰਨਲ ਕਰਦੇ ਆ ਤੇ ਉਨਾ ਹੀ ਖਰਚਾ ਆਂਦਾ ਜਾਂ ਕੋਈ ਘੱਟ ਆਂਦਾ ਇਹਦੇ ਤੇ ਖਰਚਾ ਇਹਦਾ ਜੀ ਪਹਿਲਾ ਸੀਜ਼ਨ ਜਿਹਨੇ ਲਗਾਣਾ ਵਾ ਉਹ ਤਾਂ ਕਾਫੀ ਖਰਚਾ ਵਾ ਉਸ ਤੋਂ ਬਾਅਦ ਫੇ ਕੱਲਾ ਬੀਰ ਆ ਜਾਏਗਾ ਇੱਕ ਸੀਜ਼ਨ ਤੋਂ ਬਾਅਦ ਤੇ ਇਹਦੀ ਉਹ ਟਿਸ਼ੂ ਹੁੰਦਾ ਵਾ ਤੇ ਆਹ ਸੈਟਨਟ ਜਾਲੀ ਇਹਨੂੰ ਬੋਲਦੇ ਨੇ ਚਾਈਨੀਜ਼ ਆ ਜਾਂ ਜਾਪਾਨੀਜ਼ ਆ ਇਹ ਇਹ ਕਿੰਨੇ ਦੀ ਆਂਦੀ ਫੀਕੜ ਦੇ ਹਿਸਾਬ ਦੇ ਨਾਲ ਪਿਛਲੇ ਸਾਲ ਤੇ ਜੀ ਕਾਫੀ ਥੱਲੇ ਸੀਗੇ 4.5 3 4 ਲੱਖ ਦੇ ਨਜ਼ਦੀਕ ਹੁਣ ਕਾਫੀ ਜ਼ਿਆਦਾ ਮਹਿੰਗੀ ਹੋ ਗਈ ਆ ਰੋਲ ਫੋ ਰਿਹਾ 53000 55000 ਰੁਪਏ ਦਾ ਅੱਛਾ ਹਾਂਜੀ ਆ 14 ਤੋਂ 15 ਤੋਂ 16 ਰੋਲ ਪੈਂਦੇ ਇੱਕ ਟਨਲ ਦੇ ਵਿੱਚ ਇੱਕ ਏਕੜ 'ਚ ਤੇ ਇਹਦਾ ਫੀ ਏਕੜ ਜਿਹੜਾ ਲਾਗਤ ਆ ਪਾਈਪ ਸਾਰਾ ਜਾਲੀ ਪਾ ਕੇ ਇਹ ਫੀ ਏਕੜ ਜਿਹੜਾ ਖਰਚਾ ਵਾ ਉਹ ਕਿੰਨਾ ਕੁ ਹੋ ਜਾਂਦਾ ਹੈ ਅਜਲ ਦੇ ਵਿੱਚ ਅਗਰ ਤੇ ਆਪਣੇ ਕੋਈ ਜਾਲੀ ਪਹਿਲੇ ਪਈ ਹੈਗੀ ਤਾਂ ਫਿਰ ਤੇ ਪੈ ਵੀ ਹੈਗਾ ਫਿਰ ਤੇ ਬਹੁਤ ਥੋੜਾ ਖਰਚਾ ਅਗਰ ਨਵਾਂ ਲਾਵਾਂਗੇ ਫਿਰ 10 ਤੋਂ 12 ਲੱਖ 1 ਏਕੜ ਤੇ 1 ਏਕੜ ਤੇ ਤੇ ਇਹ ਕਿੰਨੇ ਮਹੀਨੇ ਇਹਦੀ ਚਣਾਈਆਂ ਇਹਨੂੰ ਖੀਰੇ ਨੂੰ ਕਾਸ਼ਟ ਇਹ ਚਣਾਈਆਂ ਇਹਦੇ ਖੀਰੇ ਦੀਆਂ ਕਰ ਸਕਦੇ ਆਪਾਂ ਕਿੰਨੇ ਮਹੀਨੇ ਚੱਲਦਾ ਹੋਏ ਆਪਸ 2 ਤੋਂ 2.5 ਮਹੀਨੇ ਨੇ ਚੱਲਣਾ ਅੱਛਾ ਅਗਸਤ ਤੱਕ ਕਾਸ਼ਟ ਹੋਏਗਾ ਅਗਸਤ ਤੋਂ ਪਹਿਲੇ 10 ਦਿਨ ਖਤਮ ਹੋ ਜਾਏਗਾ 8ਵੇਂ ਮਹੀਨੇ ਅਸ ਅਗਸਤ ਵਿੱਚ ਆ ਕੇ ਤੱਕ ਰੇਲਾ ਲਗਾ ਦੇਣਾ ਸਹੀ ਹੈ ਤੇ ਉਹ ਇਹੀ ਪੈਪ ਇਹੀ ਜਾਲ ਹਰ ਛੇ ਕੰਮ ਹੋਇਆ ਸੀ ਉਸੇ ਨੇ ਤਰੀਕਾ ਸਾਰਾ ਬਸ ਖੀਰੇ ਦੀ ਵਾਲ ਅਸੀਂ ਪਟਨੀ ਸਫਾਈ ਕਰਕੇ ਥੱਲੇ ਅਸੀਂ ਬੀ ਲਗਾ ਦੇਣਾ ਸਹੀ ਤੇ ਇਹ ਕਿੰਨੇ ਦਿਨਾਂ ਬਾਅਦ ਇਹਦੀ ਚਨਾਈ ਹੋ ਜਾਂਦੀ ਆ ਕਿ ਤੁਸੀਂ ਕਰ ਚੁੱਕੇ ਹੋ ਚਨਾਈ ਇਹਦੀ ਤੇ ਦੂਸਰੀ ਕੱਲੂ ਤਿਆਰ ਆ ਤੇ ਕੱਲ ਹੋਏਗੀ ਇਨਸ਼ਾਅੱਲਾ ਤੇ ਹਰ ਕਿੰਨੇ ਦਿਨ ਬਾਅਦ ਇਹਦੀ ਵਾਰੀ ਤੁਸੀਂ ਹਰ 5-6 ਦਿਨ ਬਾਅਦ ਹਰ ਛੇ ਦਿਨ ਬਾਅਦ ਇਹਦੀ ਚਨਾਈ 5 ਦਿਨ ਬਾਅਦ ਇਹਦੀ ਚਨਾਈ ਜਦੋਂ ਤਿਆਰ ਹੋ ਗਿਆ ਗਰਮੀ ਹੈ ਗਈ ਆ ਕਾਫੀ ਤੇ 5 ਦਿਨ ਬਾਅਦ ਤਿਆਰ ਹੋ ਜਾਣਾ ਤੇ ਜਿਹੜਾ ਖੀਰਾ ਮੌਸਮ ਦਾ ਤੁਸੀਂ ਹਾਈ ਟਰਨ ਕਰਦੇ ਹੋ ਉਹਦੇ ਵਿੱਚ ਚਨਾਈ ਕਿੰਨੇ ਦਿਨ ਬਾਅਦ ਕਰਦੇ ਹੋ ਉਹਦੇ ਵਿੱਚ ਚਨਾਈ ਹੁੰਦੀ ਆ 8 ਤੋਂ 10 ਦਿਨ ਦੇ ਵਿੱਚ ਵਿੱਚ ਇਹਦੇ ਸਪਰੇਅਾਂ ਤੇ ਖਾਦਾਂ ਦਾ ਜਿਹੜਾ ਦਰਾਨੀਆਂ ਉਹ ਕਿਸ ਕਿਸਮ ਦਾ ਕਿਵੇਂ ਰੱਖਦੇ ਹੋ ਇਹ ਉਵੇਂ ਜਿੱਦਾਂ ਮੌਸਮ ਤੇ ਕਰਦੇ ਹੋ ਉਵੇਂ ਹੀ ਹੁਣ ਕਰਦੇ ਹੋ ਆ ਉਸ ਸੀਜ਼ਨ ਜੈਸ ਤਰ੍ਹਾਂ ਸਪਰੇਅ ਹੁੰਦੀਆਂ ਹਨ ਜੇ ਇਹਨੂੰ ਵੀ ਉਸ ਤਰ੍ਹਾਂ ਹੀ ਸਪਰੇਅ ਹੋਣੀਆਂ ਲੇਕਿਨ ਇੱਥੇ ਆ ਕੇ ਥ੍ਰਿਪਸ ਜੂੰ ਦਾ ਅਟੈਕ ਹੋ ਜਾਂਦਾ ਜ਼ਿਆਦਾ ਗਰਮੀ ਵੱਧ ਜਾਂਦੀ ਆ ਤੁਹਾਨੂੰ ਮੈਂ ਦੱਸਣਾ ਕਲੋਜ਼ ਕਰੋ ਇਹ ਦੇਖੋ ਜੀ ਜੂੰ ਵਗੈਰਾ ਡੋਣੀ ਤੋਂ ਹਰ ਸ਼ਾਇਦ ਮਾਸ਼ਾਅੱਲਾ ਪਾਕ ਆ ਸਿਰਫ ਅਟੈਕ ਹੈਗਾ ਹਲਕਾ ਜੂੰ ਦਾ ਉਹ ਵੀ ਅਸੀਂ ਅੱਜ ਸਪਰੇਅ ਕਰ ਦਿੱਤੇ ਇਨਸ਼ਾਅੱਲਾ ਕਿਲਰ ਹੋ ਜਾਏਗਾ ਤੇ ਸਪਰੇਅ ਨੂੰ ਨਾਰਮਲ ਵੀ 5-6 ਦਿਨ ਬਾਅਦ ਲਾਜ਼ਮੀ ਕਰਨੀ ਪੈਂਦੀ ਹੈ ਲਾਜ਼ਮੀ ਕਰਨੀ ਪੈਂਦੀ 5 ਤੋਂ 6ਵੇਂ ਦਿਨ ਬਾਅਦ ਲਾਜ਼ਮੀ ਤੇ ਖਾਦ ਕਿਵੇਂ ਪਾਉਂਦੇ ਹੋ ਥੱਲੇ ਤਿਆਰੀ ਦੇ ਵਕਤ ਵੀ ਪਾਈ ਹੈ ਅੱਜ ਅਸੀਂ ਪਹਿਲੇ ਇਹਨੂੰ ਸਿੱਟੀ ਇੱਕ ਡੀਪੀ ਆਦੀ ਨਾਲ ਲੈਟਰ ਹਾਂ ਜਿਸ ਤਰ੍ਹਾਂ ਦੀ ਤੜਾਈ ਕਰਾਂਗੇ ਇੱਕ ਤੜਾਈ ਦੇ ਨਾਲ ਅਸੀਂ ਨਾਈਟਰੋਨ ਲਾਈ ਜਾਣੀ ਹੈ ਹਰ ਚਨਾਈ ਦੇ ਬਾਅਦ ਜੋ ਪਾਣੀ ਲਾਓਗੇ ਤੇ ਖਾਦ ਦੀ ਬੋਰੀ ਹਰ ਚਨਾਈ ਦੇ ਬਾਅਦ ਇੱਕ ਬੋਰੀ ਖਾਦ ਦੀ ਨਾਲ ਅਸੀਂ ਪਾਣੀ ਆ ਤਿੰਨ ਤੋਂ ਚਾਰ ਲੀਟਰ ਕੈਨ ਪੋਟਾਸ਼ ਪੋਟਾਸ਼ ਪਾਉਂਦੇ ਹੋ ਹਾਂਜੀ ਉਹਦਾ ਕੀ ਫਾਇਦਾ ਪੋਟਾਸ਼ ਜਿਹੜਾ ਹਰ ਵਾਰੀ ਪਾਉਂਦੇ ਹੋ ਖਾਦ ਦੇ ਨਾਲ ਪੋਟਾਸ਼ ਜਿੰਨੇ ਵੀ ਮਾਸ਼ਾਅੱਲਾ ਬਰੀਕ ਖੀਰਾ ਹੋਏਗਾ ਨਾ ਉਹ ਆਪਾਂ ਨੂੰ ਜ਼ਿਆਦਾ ਹੁਣ ਤੁਸੀਂ ਦੇਖੋ ਇਹ ਖੀਰਾ ਲੱਗਾ ਵਾ ਅੱਜ ਅਸੀਂ ਪੋਟਾਸ਼ ਪਾਈ ਹੈ ਹਾਂ ਤੇ ਚੌਥੇ ਦਿਨ ਬਾਅਦ ਤੜਾਈ ਦੇ ਕਾਬਿਲ ਹੋ ਜਾਏਗਾ ਇਹ ਖੀਰਾ अच्छा हां जी ओ केरा बहुत ਘਟ ਕਰਦੀ ਹੈ ਪोटाश ਦੇ ਨਾਲ ਗਲ ਗ੍ਰੋਥ ਕਰਦਾ ਹੈ ਜਿਹੜਾ ਫਾਲਾ ਉਹਨੂੰ ਪोटाश ਮੋਟਾ ਕਰਦੀ ਹੈ ਤੇ ਫਾਲ ਮਜ਼ਬੂਤ ਕਰਦੀ ਹੈ ਹਾਂ ਉਤੇ ਸ਼ਾਈਨਿੰਗ ਵੀ ਆਉਂਦੀ ਹੈ ਹਾਂ ਜੀ ਤੇ ਇਹ ਤੁਹਾਡਾ ਕੋਈ ਪਹਿਲਾ ਐਕਸਪੀਰੀਅੰਸ ਆ ਆਫ ਸੀਜ਼ਨ ਇਹ ਖੀਰੇ ਦਾ ਜਿਹੜਾ ਤੁਸੀਂ ਟਰਨ ਕੀਤਾ ਜਾਂ ਪਹਿਲੇ ਵੀ ਕੀਤਾ ਹੈ ਪਹਿਲੇ ਇਸ ਲਾਨਿਆ ਸੀਜ਼ਨ ਵਾਲਾ ਫਸਟ ਟਾਈਮ ਕੀਤਾ ਆਫ ਸੀਜ਼ਨ ਸੈਟਰ ਨਟ ਜਾਲੀ ਵਾਲਾ ਚਲੋ ਜੇ ਕੰਮਜਾਬ ਹੋ ਗਿਆ ਤਾਂ ਫਿਰ ਤੇ ਹਰ ਸਾਲ ਇਹ ਤੁਸੀਂ ਕਰੋਗੇ ਇਨਸ਼ਾਅੱਲਾ ਤੇ ਇਹ ਸੇ ਜਾਲੀਆ ਜਿਹੜੀ ਜਾਲੀ ਤੁਸੀਂ ਲਾਈ ਆ ਸੈਟਨੇਟ ਬੋਲਦੇ ਹੋ ਇਹ ਮੌਸਮ ਦੇ ਵਿੱਚ ਵੀ ਕੰਮ ਦਊਗੀ ਤੁਹਾਨੂੰ ਮੌਸਮ ਚ ਵੀ ਕੰਮ ਦੇ ਜਾਣੀਆਂ ਇਸ ਤੋਂ ਉੱਪਰ ਛਾਪਰ ਦਾ ਇਸਤੇਮਾਲ ਕਰਨਾ ਪੈਣਾ ਤੇ ਕੱਲੀ ਨਹੀਂ ਪੈ ਸਕਦੀ ਕੱਲੀ ਨਹੀਂ ਪੈ ਸਕਦੀ ਠੰਡ ਕਾਫੀ ਜ਼ਿਆਦਾ ਹੁੰਦੀ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਲਾਂਦੇ ਆ ਸਾਡੇ ਦੋਸਰੇ ਦੋਸਤ ਵੀ ਲਗਾਉਂਦੇ ਆ ਪਰ ਛਾਪਰ ਲਾਜ਼ਮੀ ਪਾਉਣਾ ਪੈਂਦਾ ਐ ਹੁਣ ਕੱਲੀ ਤੁਸੀਂ ਜਾਲੀ ਦੇ ਨਾਲ ਹੀ ਕੰਮ ਚੱਲ ਗਿਆ ਕਿਉਂਕਿ ਹੁਣ ਗਰਮੀ ਬਹੁਤ ਆ ਹੀਟ ਆ ਜੂਨ ਦੀ ਅਜ ਜਾ ਤਰੀਖ ਹੈ ਜਾਂ 5 ਤਰੀਖ ਹੈ ਜੂਨ ਦੀ ਅੱਜ ਦੋ ਸੀਜ਼ਨ ਜਿਹੜੇ ਇਹ ਖੀਰਾ ਉੱਪਰਲਾ ਕ렐ਾ ਇਹ ਲਗਣਾ ਵਾ ਉੱਪਰ ਕੱਲੀ ਜਾਲੀ ਦੇ ਨਾਲ ਛਾਪੜ ਦੀ ਜ਼ਰੂਰਤ ਨਹੀਂ ਹੈਗੀ ਅੱਛਾ ਅਸੀਂ ਇਹਨੂੰ ਦੁਬਾਰਾ ਕਾਸ਼ਤ ਕਰਨਾ 11ਵਾਂ ਅਦ ਦੇ ਵਿੱਚ ਜਾ ਕੇ ਉੱਥੇ ਅਸੀਂ ਇੱਕ ਮਹੀਨੇ ਬਾਅਦ ਉੱਪਰ ਦੇ ਛਾਪੜ ਪਾਣਾ ਅੱਛਾ 12ਵੇਂ ਮਹੀਨੇ ਤੇ ਆਦੇ ਜਾ ਕੇ ਸਹੀ ਤੇ ਇਹ ਵੀ ਇਹਦੇ ਵਿੱਚ ਡਿਫਰੈਂਟ ਵੀ ਲੱਗ ਜਾਂਦੇ ਆ ਜਾਂ ਕੋਈ ਸਪੈਸ਼ਲ ਵੀ ਆ ਖੀਰੇ ਦਾ ਜਿਹੜਾ ਉਹ ਆਫ ਸੀਜ਼ਨ ਹੁਣ ਲਾਣਾ ਜਿਹੜਾ ਗਰਮੀ ਦੇ ਵਿੱਚ ਲੱਗਦਾ ਆਫ ਸੀਜ਼ਨ ਦੇ ਤੇ ਕਾਫੀ ਹੈਗੇ ਵੈਰਾਈਟੀਆਂ ਲੇਕਿਨ ਸਾਡਾ ਅਸੀਂ ਕਾਫੀ ਦੇਰ ਤੋਂ ਲਗਾ ਰਹੇ ਹਾਂ 72133 ਸਾਡਾ ਦੂਸਰਾ ਅਜੀਜ਼ ਵੀ ਲਾ ਰਹੇ ਆ ਉਹ ਨਾਲ ਦੇਖ ਕੇ ਅਸੀਂ 72133 ਦੀ ਕਾਸ਼ਤ ਕੀਤਾ ਤੇ ਕਰੇਲਾ ਵੀ ਜਿਹੜਾ ਆਫਸਿਜਨ ਉਹ ਵੀ ਆਪਣੇ ਲਾਕੇ ਚ ਬਹੁਤ ਲੱਗਦਾ ਵਾ ਤੇ ਉਹ ਕਿਦੋਂ ਉਹਦੀ ਵੀ ਲਵਾਈ ਅਨਕਰੀਬ ਸ਼ੁਰੂ ਹੋਣ ਵਾਲੀ ਹੈ ਉਹਨਾਂ ਵਾਲੀ ਬਸ ਡੇਢ ਤੋਂ ਦੋ ਮਾਰ ਹੈਗਾ ਕੁਝ ਦੋਸਤ ਹੈਗੇ ਉਹਨਾਂ ਨੇ ਕਾਸ਼ਤ ਵੀ ਕੀਤਾ ਇਸ ਸੱਟ ਨਟ ਜਾ ਲਿੱਤੇ ਅੱਛਾ ਤਕਰੀਬਨ 1 ਫੁੱਟ ਦੀ ਵੱਲ ਉਹਨਾਂ ਦੀ ਮਾਸ਼ਾਅੱਲਾ ਹੋ ਗਈ ਹੈ ਐ ਸਾਡੇ ਨਾਲ ਦਲਾਵਰ ਹੁਸੈਨ ਕੰਬੋ ਸਾਹਿਬ ਮੌਜੂਦ ਸੀਗੇ ਕੰਬੋ ਜ਼ਰੀ ਫਾਰਮ ਇਹਨਾਂ ਨੇ ਆਫਸਿਨ ਕ੍ਰੀਡਰ ਦਾ ਟਰਨਿੰਗ ਫਾਰਮਿੰਗ ਕੀਤਾ ਹੋਇਆ ਸੀਗਾ ਉਹਦੇ ਮੁਤਲਕ ਜਿੰਨੀ ਵੀ ਤੇ ਵਧੀਆ ਤੇ ਮਾਲੂਮਾਤ ਦੇ ਸਕਦੇ ਸੀ ਉਹਨਾਂ ਨੇ ਸਾਡੇ ਜਿੰਨੇ ਵੀ ਮੁਲਕ ਚ ਜਾਂ ਗੈਰ ਮੁਲਕ ਦੇ ਸਾਨੂੰ ਕਿਸਾਨ ਭਰਾ ਦੇਖਦੇ ਨੇ ਉਹਨਾਂ ਵਾਸਤੇ ਮੁਕੰਮਲ ਇੱਕ ਫਾਰਮ ਪਲੇਟਫਾਰਮ ਫਾਰਮ ਕੀਤਾ ਵੈਜੀਟੇਬਲ ਦਾ ਖੀਰੇ ਦਾ ਜਿਹੜਾ ਸੀਜ਼ਨ ਆਫ ਸੀਜ਼ਨ ਦੇ ਵਿੱਚ ਲਾ ਸਕਦੇ ਆ ਜਾਂ ਆਫ ਸੀਜ਼ਨ ਦੇ ਵਿੱਚ ਵੀ ਲਾ ਸਕਦੇ ਉਹਦੇ ਮੁਤਲਕ ਸਾਰੀ ਮਾਲੂਮਾਤ ਫਰਾਮ ਕੀਤੀ ਗਈ ਹੈ ਇਹ ਕੱਲ ਨੂੰ ਚਣਾਈ ਇਹਦੀ ਕਰੋਗੇ ਤੁਸੀਂ ਬਿਲਕੁਲ ਤਿਆਰ ਆ ਜਿਹੜਾ ਤੁਸੀਂ ਤੋੜਿਆ ਹੈ ਤੁਸੀਂ ਦਿਖਾ ਸਕਦੇ ਹੋ ਇਹ ਵੇਖ ਸਕਦੇ ਹੋ ਜੀ ਇਹ ਖੀਰੇ ਦਾ ਵੇਖੋ ਤੁਸੀਂ ਹਰ ਪਾਣੀ ਜਿਹਨਾਂ ਨੂੰ ਖਾਦ ਦੇ ਨਾਲ ਪोटाश ਵੀ ਪਾਉਂਦੇ ਨੇ 2 ਕਿਲੋ 3 ਕਿਲੋ ਤੇ ਔਰੇ ਨਾਲ ਤੁਸੀਂ ਖੀਰੇ ਦੀ ਰੰਗਤ ਵੇਖ ਲਓ ਰਸਾਇਣ ਦੇਖ ਲਓ ਪੂਰਾ ਆਫ ਸੀ ਅੱਜ ਜੂਨ ਦੀ 5 6 ਤਰੀਕ ਹੈ ਤੁਹਾਡੇ ਸਾਹਮਣੇ ਆ ਖੀਰੇ ਦਾ ਆਫ ਸੀਨ ਦਾ ਖੀਰੇ ਦਾ ਜਿਹੜਾ ਫਾਰਮ ਆ ਬਿਲਕੁਲ ਹਰ ਬਿਮਾਰੀ ਤੋਂ ਪਾਕਾ ਤੇ ਬਹੁਤ ਹੀ ਸੰਭਾਲਿਆ ਹੋਇਆ ਆਪ ਹੀ ਸਪਰੇਅਾਂ ਕਰਦੇ ਨੇ ਆਪ ਹੀ ਸਾਰੇ ਕੰਮ ਕਰਦੇ ਨੇ ਇਹਦੇ ਤੇ ਮਾਰਕੀਟ ਇਹਦੀ ਕਿਵੇਂ ਆ ਜਿਹੜਾ ਆਖਰ ਤੇ ਆਖਰੀ ਸਵਾਲ ਹੈ ਮੇਰਾ ਵੀ ਇਹਦਾ ਵਿਕਦਾ ਕਿਵੇਂ ਘਟਾ ਹੈ ਮਾਰਕੀਟ ਜਿਹੜੇ ਪਹਿਲੇ ਤਾਂ ਮਾਸ਼ਾਅੱਲਾ ਕਾਫੀ ਰੇਟ ਸੀ 1500 1800 ਹੁਣ ਆ ਕੇ ਤਕਰੀਬਨ ਥੋੜੇ ਹਲੋ ਹੋਇਆ ਵਾ 1800 1200 ਇੱਕ ਇੱਕ ਗੱਟੇ ਦਾ ਤੇ ਗੱਟੇ ਜਿੰਨਾ ਵਜ਼ਨ ਹੁੰਦਾ ਹੈ ਇਹ ਤਾਂ 35 ਕਿਲੋ ਵਜ਼ਨ ਹੁੰਦਾ ਵਾ ਅੱਛਾ ਹਾਂਜੀ ਮਾਸ਼ਾਅੱਲਾ ਤੇ ਇਹ ਵਾਰੀ ਦੇ ਹੁਣ ਗੱਟੇ ਕੋਈ 60 ਪਲੱਸ 60 70 ਹੋ ਜਾਣਗੇ ਇਨਸ਼ਾਅੱਲਾ ਜੇ ਹਿਸਾਬ ਨਾਲ ਖੀਰਾ ਪਿਆ ਵਾ ਮੀਤ ਬੜੀ ਆ 60 ਪਲੱਸ ਹੋਣਗੇ ਸਹੀ ਤੇ ਜਿੱਦਾਂ ਇਹਦਾ ਟਾਈਮ ਲੰਘਦਾ ਗਿਆ ਉਹ ਤੋਂ ਅਗਲੀ ਵਾਰੀ ਤੋਂ ਡਬਲ ਹੋ ਜਾਣਗੇ ਆਪਾਂ ਹੋਈ ਜਾਏਗੇ ਨਜ਼ਦੀਕ ਦਿਨ ਵੀ ਨਜ਼ਦੀਕ ਆਈ ਹੈ ਨਾ ਜਲਦੀ ਤੋਂ ਜਲਦੀ ਚੁਣਾਈ ਹੋਏਗੀ 4 ਦਿਨ ਬਾਅਦ ਬਹੁਤ ਸ਼ੁਕਰੀਆ ਜੀ ਦਲਾਵਰ ਕੰਬੋ ਸਾਹਿਬ ਇਹ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਮੁਕੰਮਲ ਖੀਰੇ ਦੇ متعلق ਆਫਸਿਜਨ ਖੀਰੇ ਦਾ ਟਰਨਿੰਗ ਫਾਰਮ ਦੇ متعلق متعلق ਸਾਰੀ ਮਾਲੂਮਾਤ ਜਿਹੜੀ ਐਫਰਾਮ ਕੀਤੀ ਆ ਬਹੁਤ ਸ਼ੁਕਰੀਆ ਜੀ